ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਸੁਨੀਲ ਗੋਗਰਾ। ਤੁਸੀਂ ਦੇਖਿਆ ਕਿ ਵਿਧਾਨ ਸਭਾ ਚੋਣਾਂ ਆਈਆਂ, ਅਸੀਂ ਕਪੂਰਥਲਾ ਦੇ ਵਿੱਚ ਖੜੇ ਹਾਂ ਜਿੱਥੇ ਕਿ ਇੱਕ ਇਤਿਹਾਸ ਪੂਰਾ ਰਚਿਆ ਗਿਆ ਆਜ਼ਾਦ ਉਮੀਦਵਾਰ ਭਾਈ ਅੰਮ੍ਰਿਤਪਾਲ ਸਿੰਘ ਜਿਹਨਾਂ 'ਤੇ NSA ਲੱਗੀ ਹੋਈ, ਡਿਬੜੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ। ਉਹਨਾਂ ਨੇ ਅੱਜ ਦੇਖੋ ਕਿੰਨਾ ਭਾਰੀ ਵੋਟਾਂ ਦੇ ਵਿੱਚ ਜਿੱਤੇ ਨੇ। ਅਸੀਂ ਉਹਨਾਂ ਦੇ ਜਿੰਨੇ ਵੀ ਸਮਰਥਕ ਨੇ, ਇਹ ਭਾਈ ਜੱਗਾ ਸਿੰਘ ਜੀ ਜਾਂ ਉਹਨਾਂ ਦੇ ਹੋਰ ਜਿਹੜੇ ਭਾਈ ਇਹ ਸੋਨਾ ਜੀ ਸਾਰੇ ਖੜੇ ਨੇ, ਅਸੀਂ ਉਹਨਾਂ ਦੇ ਕੋਲ ਅੱਜ ਪਹੁੰਚੇ, ਉਹਨਾਂ ਨਾਲ ਗੱਲਬਾਤ ਕਰਨੀ। ਸਰ ਪਹਿਲਾਂ ਤਾਂ ਸਵਾਗਤ ਹੈ ਜੀ ਸਕਾਈ ਨਿਊਜ਼ ਪੰਜਾਬ। ਹਾਂਜੀ, ਤੁਹਾਡਾ ਵੀ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਜਿਹੜਾ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ, ਔਰ ਇੱਕ ਇਤਿਹਾਸ ਪੈਦਾ ਹੋ ਗਿਆ ਕਿ ਦੇਖੋ ਜੇਲ੍ਹ ਦੇ ਵਿੱਚ ਹੀ ਜਿੱਤ ਗਏ, ਉਹਨਾਂ ਨਾਲ ਕੀ ਸਮਰਥਕ ਆ, ਕਿੱਧਰਾਂ ਦਾ ਤੁਹਾਨੂੰ ਅੱਜ ਮਹਿਸੂਸ ਹੋ ਰਿਹਾ ਕਿ ਇੰਨੇ ਤਗੜੇ ਤਗੜੇ ਇੱਥੇ ਲੀਡਰ ਆਏ, ਪੈਸੇ ਵੋਟਾਂ ਦੇ ਕੇ, ਵੋਟਾਂ ਜਿਹੜੀਆਂ ਪੈਸੇ ਨਾਲ ਵੰਡੀਆਂ, ਸ਼ਰਾਬਾਂ ਨਾਲ ਵੰਡੀਆਂ, ਔਰ ਇੱਦਾਂ ਹੀ ਉਹ ਜਿੱਤੇ ਆ, ਕੀ ਕਹੋ? ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਐਡੀ ਤਗੜੀ ਸਿਆਸਤ ਹੋਈ ਹੈ ਨਾ ਕਪੂਰਥਲੇ ਦੇ ਵਿੱਚ, ਬੜਾ ਕੁਛ ਹੋਇਆ ਪਿਛਲੇ ਕੁਛ ਸਮੇਂ 'ਚ ਹੀ। ਹਨੂੰਮਾਨ ਮੰਦਿਰ ਦੀ ਕੰਧ 'ਤੇ ਭਾਈ ਸਾਹਿਬ ਦੇ ਪੋਸਟਰ ਲਾ ਦੇਣੇ, ਉਹ ਮਤਲਬ ਇੱਦਾਂ ਦੀਆਂ ਗੱਲਾਂ ਕੀਤੀਆਂ ਵੀ ਜਿਹੜੀ ਸ਼ਰਾਰਤ ਕਰਨੀ ਹੈ ਨਾ। ਉਹ ਅਸੀਂ ਰਾਤ ਨੂੰ 11-12 ਵਜੇ, ਸਾਡੇ ਨਾਲ ਵੀਰ ਸੀ, ਕਪਿਲ ਸੀ, ਹੋਰ ਮੁੰਡੇ ਸੀਗੇ, ਜਾ ਕੇ ਅਸੀਂ ਆਪ ਲਾਏ। ਫਿਰ ਉਹ ਆਪਣਾ SC ਭਾਈਚਾਰੇ ਬਾਰੇ ਗਲਤ ਬੋਲਿਆ, ਬਹੁਤ ਕੁਛ ਬੋਲਿਆ, ਆਪੇ ਚੈਟ ਬਣਾ ਕੇ ਬੜਾ ਹੀ ਯਤਨ ਕੀਤੇ ਢਾਹ ਲਾਉਣ ਲਈ, ਪਰ ਬੜੀ ਕਿਰਪਾ ਰਹੀ ਆ ਵਾਹਿਗੁਰੂ ਦੀ, ਸ਼ਾਂਤੀ ਦੇ ਨਾਲ ਬੜਾ ਵਧੀਆ ਮਾਹੌਲ ਰਿਹਾ ਅਤੇ ਵਧੀਆ ਤਰੀਕੇ ਦੇ ਨਾਲ ਇਲੈਕਸ਼ਨ ਚੜ੍ਹਦੀ ਕਲਾ 'ਚ ਸੰਪੂਰਨ ਹੋ ਗਈ ਆ। ਅਤੇ ਸਭ ਤੋਂ ਵੱਡੀ ਗੱਲ ਆ ਕਿ ਸਾਡੇ ਵੀਰਾਂ ਨੇ, ਸਾਡੀਆਂ ਮਾਵਾਂ ਨੇ ਜਿਹੜੀਆਂ ਅਸੀਸਾਂ ਦਿੱਤੀਆਂ ਸੀਗੀਆਂ ਨਾ, ਉਹ ਅੱਜ ਕੰਮ ਆਈਆਂ, ਜਿਹੜੀਆਂ ਨਸ਼ੇ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਦੁਨੀਆਂ ਤਰ੍ਹਾਂ ਤਰ੍ਹਾਂ ਕਰਨ ਡੀ ਆ, ਬੱਚੇ ਨੌਜਵਾਨੀ ਲੁੱਟਾਂ ਖੁਆ, ਸਾਡੀ ਰੋਡ ਇੱਦਾਂ ਦੀ ਆਈ ਵੀ ਮਤਲਬ ਇਕੱਲਾ ਰਾਤ ਨੂੰ ਮੁਲਾਜ਼ਮ ਵੀ 2 PCR ਵਾਲੇ ਨਹੀਂ ਲੰਘਦੇ, ਤੋ ਇੱਦਾਂ ਦੇ ਹਾਲਾਤ ਹੋਏ ਪਏ ਆ ਮਤਲਬ ਸ਼ਹਿਰ ਦੇ। ਅਤੇ ਇਸ ਕਰਕੇ ਅਸੀਂ ਬੜੀ ਖੁਸ਼ੀ ਮਹਿਸੂਸ ਕਰਦੇ ਹਾਂ ਕਿ ਭਾਈ ਅੰਮ੍ਰਿਤਪਾਲ ਸਿੰਘ ਹੁਣ ਬਾਹਰ ਆਉਣਗੇ, ਅਤੇ ਬੜੀਆਂ ਉਮੀਦਾਂ ਸਾਰੇ ਸਿੰਘਾਂ ਨੂੰ, ਸਾਰੀ ਸੰਗਤ ਨੂੰ ਵੀ ਉਹ ਕੁਛ ਚੰਗਾ ਕਾਰਜ ਕਰਨਗੇ ਜੀ ਭਾਈਚਾਰਕ ਸਾਂਝ। ਜਿਸ ਤਰ੍ਹਾਂ ਦੇਖਿਆ ਕਿ ਜਦੋਂ ਵੀ ਕੋਈ MP ਬਣਦਾ ਜਾਂ ਕੋਈ MLA, ਇਹ MP ਦੀ ਚੋਣ ਆ, ਲੋਕ ਬੜੇ ਜਸ਼ਨ ਮਨਾਉਂਦੇ, ਢੋਲ ਵਜਾਉਂਦੇ, ਔਰ ਕਈ ਸ਼ਰਾਬਾਂ ਚੱਲਦੀਆਂ, ਮੁਰਗੇ ਚੱਲਦੇ, ਕਈ ਕੁਛ ਚੱਲਦੇ, ਕੋਈ ਇੱਦਾਂ ਦਾ ਮਾਹੌਲ ਨਹੀਂ, ਇਹ ਕੋਈ ਦੇਖਿਆ ਜੇ ਸਾਡੀ ਟੀਮ ਦੇ ਕਿਤੇ ਵੀ ਕੋਈ ਇੱਦਾਂ ਦਾ ਮਾਹੌਲ ਨਹੀਂ ਬਣਿਆ। ਸ਼ਹੀਦੀ ਦਿਹਾੜੇ ਚੱਲ ਰਹੇ ਜੀ, 1 June ਨੂੰ ਦਰਬਾਰ ਸਾਹਿਬ 'ਤੇ ਹਮਲਾ ਹੋਇਆ, ਸਾਰੀ ਸੰਗਤ ਨੂੰ ਪਤਾ ਜੀ, ਅਤੇ ਬੜੀ ਸਿਆਣਪ ਆ ਜੀ ਸਾਰੇ ਸਾਡੇ ਵੀਰਾਂ ਨੇ ਅੱਜ ਦਿਖਾਈ ਆ ਕਿ ਕੋਈ ਇੱਦਾਂ ਦਾ ਕੰਮ ਨਹੀਂ ਕੀਤਾ, ਅਤੇ ਅਸੀਂ ਸ਼ਾਂਤਮਈ ਸਿਮਰਨ ਕਰਦੇ ਆਪਣੇ ਪੜਾਅ 'ਤੇ ਵਾਪਸ ਆ ਗਏ ਹਾਂ ਜੀ। ਅਤੇ ਗਾਂਹ ਤੋਂ ਵੀ ਅਸੀਂ ਇਹੋ ਹੀ ਸੋਚ ਰਹੇ, ਕੁਛ ਚੰਗਾ ਕਰਕੇ ਦਿਖਾਵਾਂਗੇ ਸਮਾਜ ਨੂੰ, ਤਾਂ ਕਿ ਲੋਕ ਇਸ ਚੀਜ਼ ਦੀ ਖੁਸ਼ੀ ਮਨਾਉਣਾ ਹੀ ਨਾ ਮਨਾਈਏ ਇਸ ਚੀਜ਼ ਦੀ ਖੁਸ਼ੀ। ਦੇਖਿਆ ਕਿ ਜਿਹੜੇ ਕਿ ਲੋਕ ਆ ਕਪੂਰਥਲਾ ਦੇ ਵਿੱਚ ਇੰਨੀ ਵੱਡੀ ਸਿਆਸਤ ਰਹੀ, ਇੱਥੇ ਜਿਹੜੇ ਜਿੰਨਿਆਂ ਨੇ ਵੀ ਰਾਜ ਕੀਤਾ, ਕਪੂਰਥਲੇ ਨੂੰ ਬੜੇ ਬੜੇ ਲੀਡਰ ਨੇ ਕਹੀ ਸਵਰਗ ਬਣਾਵਾਂਗੇ ਜਾਂ ਕਪੂਰਥਲੇ ਨੂੰ ਅਸੀਂ ਇੱਦਾਂ ਕਰਾਂਗੇ, ਪਰ ਹੁਣ ਜਦੋਂ ਭਾਈ ਅੰਮ੍ਰਿਤਪਾਲ ਜੇਲ੍ਹ 'ਚੋਂ ਬਾਹਰ ਆਉਣਗੇ ਜਾਂ ਆਪਣੀ ਸੀਟ 'ਤੇ ਬੈਠਣਗੇ ਮੰਤਰੀ ਮੰਡਲ 'ਚ, ਵਿਧਾਨ ਸਭਾ ਜਾਣਗੇ, ਸਭ ਤੋਂ ਪਹਿਲਾਂ ਮੁੱਦਾ ਕਪੂਰਥਲੇ ਦਾ ਜਾਂ ਖਡੂਰ ਸਾਹਿਬ ਹਲਕੇ ਦਾ ਕੀ ਹੋਊ? ਦੇਖੋ ਜੀ, ਸ਼ੁਰੂ ਤੋਂ ਸਰਕਾਰਾਂ ਨੇ ਇੱਕ ਨੈਰੇਟਿਵ ਕ੍ਰੀਏਟ ਕੀਤਾ ਹੋਇਆ, ਜਦੋਂ ਦਾ ਭਾਈ ਅੰਮ੍ਰਿਤਪਾਲ ਸਿੰਘ ਨੇ ਖਾਲਸਾ ਵਹੀਰ ਸ਼ੁਰੂ ਕੀਤੀ, ਇੱਕ ਨੈਰੇਟਿਵ ਕ੍ਰੀਏਟ ਕੀਤਾ ਕਿ ਇਹ ਬੰਦਾ ਹਿੰਦੂ ਸਿੱਖਾਂ ਦੇ ਵਿੱਚ ਪਾੜ ਪਾਊਗਾ, ਇਹ ਟੈਰਰਿਜ਼ਮ ਫੈਲਾਊਗਾ, ਅੱਤਵਾਦ ਲੈ ਕੇ ਆਊਗਾ, ਜਦਕਿ ਸਰਕਾਰਾਂ ਆਲਰੇਡੀ ਟੈਰਰਿਜ਼ਮ ਚਲਾ ਰਹੀਆਂ, ਨਸ਼ੇ ਦਾ ਟੈਰਰਿਜ਼ਮ, ਨਸ਼ੇ ਦਾ ਅੱਤਵਾਦ, ਜਿਹੜਾ ਕਿ ਲੱਖਾਂ ਹੀ ਮੁੰਡਿਆਂ ਨੂੰ ਖਾ ਗਿਆ, ਮਾਵਾਂ ਦੀਆਂ ਝੋਲੀਆਂ ਖਾਲੀ ਕਰਤੀਆਂ, ਸਾਡੀਆਂ ਭੈਣਾਂ ਵਿਧਵਾ ਕਰ ਦਿੱਤੀਆਂ, ਇਸ ਅੱਤਵਾਦ ਨੇ, ਨਸ਼ੇ ਦੇ ਅੱਤਵਾਦ ਨੇ। ਅਤੇ ਨਸ਼ੇ ਦੇ ਅੱਤਵਾਦ ਨੂੰ ਅੱਜ ਤੱਕ ਕਿਸੇ ਮੰਤਰੀ ਨੇ, ਕਿਸੇ ਮਿਨਿਸਟਰ ਨੇ, ਕਿਸੇ MLA ਨੇ, ਕਿਸੇ MP ਨੇ ਠੱਲ ਪਾਉਣ ਦੀ ਕੋਸ਼ਿਸ਼ ਕੀਤੀ? ਜਦਕਿ ਗੁਟਕਾ ਸਾਹਿਬ ਦੀ ਸਹੁੰ ਖਾਧੀ ਸੀ ਕਿ ਇਹ ਅਸੀਂ ਬੇਦਮੀਆਂ ਦਾ ਮਸਲਾ ਹੱਲ ਕਰਾਵਾਂਗੇ, ਅਸੀਂ 1 ਹਫ਼ਤੇ ਵਿੱਚ ਨਸ਼ਾ ਬੰਦ ਕਰ ਦਾਂਗੇ, ਕਿੱਥੇ ਨਸ਼ਾ ਬੰਦ ਹੋਇਆ? ਬੇਦਮੀਆਂ ਅੱਜ ਵੀ ਹੋ ਰਹੀਆਂ,
ਇੱਥੇ ਇਲੈਕਸ਼ਨ ਦੇ ਵਿੱਚ ਮੰਦਰ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਉਹ ਤੇ ਚਲੋ ਇੱਕ ਸਾਡੀ ਭਾਈਚਾਰਕ ਸਾਂਝ ਸੀ। ਸਾਨੂੰ ਸਾਡੇ ਭਰਾਵਾਂ ਨੇ, ਹਿੰਦੂ ਵੀਰਾਂ ਨੇ ਫੋਨ ਕੀਤਾ ਵੀ ਆਹ ਦੇਖੋ ਇੱਥੇ ਅੰਮ੍ਰਿਤਪਾਲ ਸਿੰਘ ਦੇ 300 ਪੋਸਟਰ ਇੱਕੋ ਕੰਧ ਤੇ ਮੰਦਰ ਦੀ ਤੇ ਲਾ ਦਿੱਤਾ ਗਿਆ। ਕਿੰਨੇ ਲਗਾਏ? ਇਹ ਨਹੀਂ ਪਤਾ ਚੱਲਿਆ, ਇਹ ਸਾਡੇ ਵਿਰੋਧੀ ਤਾਕਤਾਂ ਨੇ ਲਾਇਆ। ਵਿਰੋਧੀ ਤਾਕਤਾਂ ਨੇ ਕਿ ਤਾਂ ਕਿ ਇਹ ਮੰਦਰ ਵਿੱਚ ਸ਼ਰਾਰਤ ਕਰੀਏ ਤੇ ਹਿੰਦੂ ਜਿਹੜੀ ਵੋਟ ਆ ਉਹ ਅੰਮ੍ਰਿਤਪਾਲ ਦੀ ਖਰਾਬ ਹੋ ਜਾਵੇ। ਸਭ ਤੋਂ ਪਹਿਲਾਂ ਆਪਾਂ ਕਿਹਨੂੰ ਮੰਨਦੇ ਨੇ? ਭਾਈ ਅੰਮ੍ਰਿਤਪਾਲ ਸਿੰਘ ਨੂੰ ਲੋਕਾਂ ਨੇ ਜਿਤਾਇਆ ਕਿ ਪੈਸੇ ਨੇ ਜਿਤਾਇਆ? ਕਿਸ ਵੱਡੀ ਉਸ ਤਾਕਤ ਨੇ ਜਿਤਾਇਆ? ਇਹ ਆਹ ਜਿਹੜੇ ਸਾਰੇ ਭਰਾ ਖੜੇ ਆ, ਹਿੰਦੂ ਮੁਸਲਿਮ ਸਿੱਖ ਈਸਾਈ ਐਸੀ ਭਾਈਚਾਰੇ ਸਾਰਿਆਂ ਨੇ ਜਿਤਾਇਆ, ਨਾ ਮੈਂ ਜਿਤਾਇਆ ਤੇ ਨਾ ਕਿਸੇ ਹੋਰ ਨੇ। ਅਕਾਲ ਪੁਰਖ ਨੇ ਕਿਰਪਾ ਕੀਤੀ ਆ, ਅਕਾਲ ਪੁਰਖ ਨੇ ਕਿਰਪਾ ਕੀਤੀ ਆ ਤੇ ਇਹਨਾਂ ਸਾਰਿਆਂ ਦੀ ਉਸ ਸੋਚ ਨੇ ਜਿਤਾਇਆ ਕਿ ਨਹੀਂ ਅਸੀਂ ਨਸ਼ਾ ਖਤਮ ਕਰਨਾ ਆ, ਅਸੀਂ ਆਪਸੀ ਭਾਈਚਾਰਕ ਸਾਂਝ ਨੂੰ ਬਣਾਈ ਰੱਖਣਾ ਆ। ਉਸ ਸੋਚ ਨੇ ਜਿਤਾਇਆ। ਇਹ ਸੋਚ ਜਿਹੜੀ ਮਹਾਰਾਜਾ ਰਣਜੀਤ ਸਿੰਘ ਦੀ ਸੋਚ ਸੀ, ਉਸ ਸੋਚ ਨੂੰ ਲੈ ਕੇ ਭਾਈ ਅੰਮ੍ਰਿਤਪਾਲ ਸਿੰਘ ਪਾਰਲੀਮੈਂਟ ਦੀਆਂ ਪੌੜੀਆਂ ਚੜੂਗਾ। ਪਾਰਲੀਮੈਂਟ ਦੀਆਂ ਪੌੜੀਆਂ ਤਾਂ ਭਾਈ ਅੰਮ੍ਰਿਤਪਾਲ ਸਿੰਘ ਜੀ ਚੜੂਗੇ। ਜਦੋਂ ਵੀ ਕੋਈ ਮਿਨਿਸਟਰ ਬਣਦਾ ਜਾਂ ਕੋਈ MP ਬਣਦਾ ਵਾ, ਸਭ ਤੋਂ ਪਹਿਲਾਂ ਤਾਂ ਉਹਨੂੰ ਮੁੱਦਾ ਇਹ ਹੁੰਦਾ, ਜਦੋਂ ਪੈਸੇ ਉਹਨੇ ਸ਼ੁਰੂ ਹੋ ਜਾਂਦੇ ਫਿਰ ਉਹਦੇ ਦਿਮਾਗ 'ਤੇ ਪੜਦਾ ਪੈ ਜਾਂਦਾ ਵਾ ਕਿੱਦਾਂ, ਕਿਸ ਤਰ੍ਹਾਂ ਭਾਈ ਅੰਮ੍ਰਿਤਪਾਲ ਸਿੰਘ ਜੀ ਇੱਦਾਂ ਤਾਂ ਨਹੀਂ ਕਰਨਗੇ। ਜੇ ਪੈਸੇ ਦੀ ਗੱਲ ਹੁੰਦੀ ਤਾਂ ਫਿਰ ਅੰਮ੍ਰਿਤਪਾਲ ਸਿੰਘ ਜੀ ਦੁਬਈ 'ਚ ਬੈਠੇ ਬਹੁਤ ਪੈਸਾ ਕਮਾ ਰਹੇ ਸੀ, ਬਹੁਤ ਉਹਨਾਂ ਨੇ ਟਰਾਲੇ ਚੱਲਦੇ ਸੀ। ਇੱਦਾਂ ਦੀ ਨਹੀਂ, ਉਹ ਚੰਗੀ ਸੋਚ ਲੈ ਕੇ ਆਏ ਸੀ, ਪੰਜਾਬ ਦੇ ਪ੍ਰਤੀ ਉਹ ਚਿੰਤਤ ਸੀਗੇ। ਪੰਜਾਬ ਦੇ ਵਿੱਚ ਜਿਹੜਾ ਨਸ਼ਾ ਦਿਨ ਦਿਨ ਵੱਧ ਰਿਹਾ, 14 ਸਾਲ ਦਾ ਬੱਚਾ ਨਸ਼ਾ ਕਰ ਰਿਹਾ ਹੈ ਨਾ, ਉਸ ਗੱਲ ਨੂੰ ਲੈ ਕੇ ਜਿਉਂ ਆਏ ਸੀਗੇ, ਸੋਚ ਲੈ ਕੇ ਆਏ ਸੀ ਕਿ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਜਿਹੜਾ ਮੇਨ ਕੋੜ ਆ ਉਸ ਨਸ਼ੇ ਨੂੰ ਖਤਮ ਕਰਨ ਦੇ ਲਈ ਆਏ ਸੀ, ਉਹ ਕੋਈ ਪੈਸੇ ਦੀ ਖਾਤਰ ਨਹੀਂ ਸੀ ਆਏ, ਅਤੇ ਹੁਣ ਵੀ ਉਹ MP ਬਣ ਕੇ ਲੋਕ ਭਲਾਈ ਦੇ ਚੰਗੇ ਕੰਮ ਕਰਨਗੇ। ਤੁਸੀਂ ਵੀ ਹਰੇਕ ਲੀਡਰਾਂ ਦੇ ਵਿੱਚ ਵਿਚਰਦੇ ਹੋ, ਹਰੇਕ ਦਾ ਤੁਹਾਡੀ ਵੀ ਸਾਂਝਦਾਰੀ ਸਭ ਕੁਝ। ਅੱਜ ਤੱਕ ਕਪੂਰਥਲਾ ਦੇ ਵਿੱਚ ਇੰਨੇ ਲੀਡਰ ਰਹੇ, ਆਪਣੇ ਜਸਵੀਰ ਸਿੰਘ ਡਿੰਪਾ ਵੀ MP ਰਹੇ, ਮੁੜ ਕੇ ਜਦੋਂ ਇਲੈਕਸ਼ਨ ਆਉਂਦੀ ਉਦੋਂ ਵੀ ਦਿਖਦੇ ਨੇ, MLA ਸਾਹਿਬ ਵੀ ਆਪਣੇ ਇੱਥੇ, ਉਹਨਾਂ ਨੇ ਕਪੂਰਥਲੇ ਨੂੰ ਸਵਰਗ ਬਣਾ ਦਿੱਤਾ, ਹਾਲੇ ਤੱਕ ਕੁਛ ਨਹੀਂ ਬਣਿਆ। ਕਪੂਰਥਲੇ ਦਾ ਮੁੱਦਾ ਕੀ ਹੋਵੇਗਾ? ਇੱਕ ਹੋਸਪਿਟਲ ਦੇ ਵਿੱਚ ਕਪੂਰਥਲਾ ਦੇ, ਉਹ ICU ਬਣਿਆ, ਚਿੱਟਾ ਹਾਥੀ ਬਣ ਕੇ ਤਿਆਰ ਹੈਗਾ, ਡਾਕਟਰ ਇਹਨਾਂ ਦੇ ਕੋਲ ਤਿਆਰ ਨਹੀਂ ਸਰ। ਜਿਹਨੂੰ ਵੀ ਪੁੱਛ ਲਓ ਉਹ ਕਹਿੰਦੇ ਜੀ ਮੇਰੀ ਸਰਕਾਰ ਹੈ ਨਹੀਂ ਕਿਤੇ। ਕੀ ਮੁੱਦਾ ਹੋਵੇ? ਆਮ ਆਦਮੀ ਪਾਰਟੀ ਦਾ ਲੋਕਾਂ ਨੇ ਸਾਥ ਦਿੱਤਾ ਸੀ, ਆਮ ਆਦਮੀ ਪਾਰਟੀ ਲਈ ਲੋਕ ਭਲਾਈ ਦੇ ਕੰਮਾਂ ਲਿਆਈ ਸੀ, ਪਰ ਆਮ ਆਦਮੀ ਪਾਰਟੀ ਦੇ ਪੱਲੇ ਕੁਛ ਨਹੀਂ, ਨਾ ਕੋਈ ਹਲਕਾ ਇੰਚਾਰਜ ਆ, 7-7 ਜਾਣੇ ਬੜੇ ਹਲਕਾ ਇੰਚਾਰਜ ਬਣੇ ਫਿਰਦੇ ਨੇ, ਹੈ ਨਾ ਜੀ, ਤੁਸੀਂ ਦੇਖਦੇ ਹੀ ਹੋ। ਹੁਣ ਅਸੀਂ ਚੰਗੀ ਸੋਚ ਨਾਲ ਜੁੜੇ ਹਾਂ, ਮਹਾਰਾਜ ਕਿਰਪਾ ਕਰੂਗਾ ਜੀ, ਚੰਗੇ MP ਸਾਡੇ ਲਿਆਵਾਂਗੇ ਅਤੇ ਉਸ ਲੋਕ ਭਲਾਈ ਦਾ ਕੰਮ ਕਰਨਗੇ। ਫੋਨ ਚੱਕਣਗੇ ਉਹ ਜਦੋਂ? ਅਸੀਂ ਬੈਠੇ ਹਾਂ, ਅਸੀਂ ਕਪੂਰਥਲੇ ਦੇ ਜਿੰਨੇ ਵੀਰ ਬੈਠੇ ਨੇ ਅਸੀਂ ਸਾਰੇ, ਕਪੂਰਥਲੇ ਦਾ ਜਿਹੜਾ ਮੁੱਦਾ ਹੋਊਗਾ ਅਸੀਂ ਉਹਨਾਂ ਦੇ ਪਰਿਵਾਰ ਤੱਕ ਆਵਾਂਗੇ, ਉਹ ਚੰਗੇ ਕੰਮ। ਸਭ ਤੋਂ ਪਹਿਲਾਂ ਤੁਸੀਂ ਕੀ ਕਹਿਣਾ ਚਾਹੋਗੇ, ਜਿੱਦਾਂ ਕਿ ਤੁਸੀਂ ਵੀ ਅੱਜ ਇਹਨਾਂ ਦੇ ਨਾਲ ਹੈਗੇ ਹੋ, ਅੰਮ੍ਰਿਤਪਾਲ ਭਾਈ ਅੰਮ੍ਰਿਤਪਾਲ ਜਿੱਤਾ, ਇੰਨੀ ਵੱਡੀ ਜ਼ਿੰਦਗੀ ਦਾ ਇੱਕ ਇਤਿਹਾਸ ਬਣ ਗਿਆ, ਦਿਬੜੂਗਾ ਜੇਲ੍ਹ 'ਚ ਬੰਦ ਕੇ ਭਾਈ ਅੰਮ੍ਰਿਤਪਾਲ ਸਿੰਘ ਜਿੱਤ ਗਏ ਨੇ, ਕੀ ਕਹੋਗੇ? ਇਹ ਸਾਰਿਆਂ ਦਾ ਪਿਆਰ ਆ ਜੀ, ਇਹ ਸਾਰਿਆਂ ਦਾ ਪਿਆਰ ਬੋਲਦਾ ਹੈ ਕਿ ਉਹ ਜੇਲ੍ਹ, ਸਾਰਿਆਂ ਦਾ ਪਿਆਰ ਬੋਲਦਾ ਕਿ ਤੁਹਾਡਾ ਵੀ ਨਹੀਂ ਬੋਲਦਾ? ਸਾਡਾ ਵੀ ਬੋਲਦਾ ਔਰ ਸਾਰਿਆਂ ਦਾ ਬੋਲਦਾ ਜੀ, ਔਰ ਕਪੂਰਥਲਾ ਸ਼ਹਿਰ ਉਹ ਸ਼ਹਿਰ ਹੈ ਜਿੱਥੇ ਹਿੰਦੂ ਸਿੱਖ ਸ਼ੁਰੂ ਤੋਂ ਹੀ ਇਕੱਠੇ ਰਹੇ ਆ, ਅਸੀਂ ਇਕੱਠੇ ਸਕੂਲਾਂ 'ਚ ਪੜ੍ਹੇ ਹਾਂ, ਇਕੱਠੇ ਰਹੇ ਹਾਂ। ਜਦੋਂ ਭੱਦਰਕਾਲੀ ਮਾਤਾ ਦਾ ਮੇਲਾ